ਭਾਵੇਂ ਲੱਖ ਜਹਾਨ ਤੋਂ ਮੰਦੇ ਨਹੀਂ ਪਰ ਮਾਵਾਂ ਅੱਖ ਨੂੰ ਸਾਰੇ ਲੱਗੇ ਹੋ ਚੰਗੇ। ਮਾਂ ਕਦੇ ਆਪਣੇ ਬੱਚੇ ਨੂੰ ਮਾੜਾ ਨਹੀਂ ਕਹਿੰਦੀ ਜੀ, ਮੇਰੀ ਗੱਲ ਸੱਚੀ ਹੈ ਜੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੱਕ ਸੈਕਿੰਡ ਦਸ ਸੈਕਿੰਡ ਦਾ ਇੱਕ ਵਾਕਿਆ ਸੁਣਾਉਣ ਲੱਗਿਆ ਕਿ ਪੁੱਤਰ ਕਿੰਨਾ ਕੁ ਨਿਕੰਮਾ ਰਾਜੀ ਹੋ ਸਕਦਾ। ਇੱਕ ਗੱਭਰੂ ਇੱਕ ਦਿਨ ਕੀ ਵੇਖਦਾ, ਇੱਕ ਪਰੀਆਂ ਵਰਗੀ ਸੋਹਣੀ ਜੀ ਮੁਟਿਆਰ ਨੂੰ ਵੇਖਦਾ ਤੇ ਉਹ ਗੱਭਰੂ, ਮੈਂ ਜਲਦੀ ਚ ਸੁਣਾਉਣਾ ਤੁਹਾਨੂੰ, ਉਹ ਗੱਭਰੂ ਕੀ ਸੋਚਦਾ ਕਿ ਇਸ ਤੋਂ ਜ਼ਿਆਦਾ ਸੋਹਣੀ ਕੁੜੀ ਮੈਨੂੰ ਜ਼ਿੰਦਗੀ 'ਚ ਨਾ ਮਿਲੀ ਹੈ ਅਤੇ ਨਾ ਮਿਲਣੀ ਹੈ, ਹੋਵੇ ਨਾ ਤੇ ਮੈਂ ਅਜੇ ਸ਼ਾਦੀ ਨਹੀਂ ਕਰਾਈ। ਤਾਂ ਮੈਂ ਲੜਕੀ ਨੂੰ ਪੁੱਛ ਲੈਂਦਾ ਕਿ ਤੂੰ ਮੇਰੇ ਨਾਲ ਸ਼ਾਦੀ ਕਰਾ ਸਕਦੀ ਹੈ। ਉਹ ਗੱਭਰੂ ਗਿਆ, ਉਹ ਪਰੀਆਂ ਵਰਗੀ ਸੋਹਣੀ ਜੀ ਮੁਟਿਆਰ ਨੇ ਕੋਲ ਕਹਿੰਦਾ ਜੀ ਮੈਂ ਤੁਹਾਡੇ ਨਾਲ ਸ਼ਾਦੀ ਕਰਾਉਣੀ ਚਾਹੁੰਦਾ। ਬੱਚੀ ਸਾਹਿਬ ਗੱਲ ਧਿਆਨ ਨਾਲ ਸੁਣ ਲਈ, ਤੁਹਾਡਾ ਧਿਆਨ ਦੇਵਾ ਵਾਲਾ ਜੀ, ਬੜੀ ਧਿਆਨ ਦੇ ਨਾਲ ਗੱਲ ਸੁਣ ਵਾਲੀ। ਕੀ ਹੋਇਆ, ਉਹ ਜਦੋਂ ਗੱਭਰੂ ਪਰੀਆਂ ਵਰਗੀ ਮੁਟਿਆਰ ਦੇ ਕੋਲ ਗਿਆ ਕਹਿੰਦਾ ਮੈਂ ਤੁਹਾਡੇ ਨਾਲ ਸ਼ਾਦੀ ਕਰਾਉਣੀ ਚਾਹੁੰਦਾ, ਉਹ ਕਹਿੰਦੀ ਮੈਂ ਸ਼ਾਦੀ ਉਸ ਬੰਦੇ ਨਾਲ ਕਰਾਉਣੀ ਹੈ ਜਿਹੜਾ ਬੰਦਾ ਆਪਣੀ ਮਾਂ ਦਾ ਕਲੇਜਾ ਕੱਢ ਕੇ ਲਿਆ ਕੇ ਮੈਨੂੰ ਦੇਵੇ, ਮੈਂ ਉਹਦੇ ਨਾਲ ਸ਼ਾਦੀ ਕਰਾਉਣੀ। ਹੁਣ ਦੇਖੋ ਇਦਾਂ ਦਾ ਕਿਹੜਾ ਨਿਕੰਮਾ ਪੁੱਤਰ ਹੋ ਸਕਦਾ। ਪਰ ਉਹ ਗੱਭਰੂ ਉਹ ਪਰੀਆਂ ਵਰਗੀ ਖੁਸ਼ ਮੁਟਿਆਰ ਦੇ ਹੁਸਨ ਦੇ ਵਿੱਚ ਪਾਗਲ ਘਰੇ ਚਲੇ ਗਿਆ। ਮਾਂ ਨੇ ਪਾਣੀ ਦਿੱਤਾ, ਮਾਂ ਨੇ ਖਾਣਾ ਪਰੋਸ ਕੇ ਦਿੱਤਾ ਤੇ ਆਪ ਮਾਂ ਚੁੱਲ੍ਹੇ ਦੇ ਮੂਹਰੇ ਕੰਮ ਕਾਰ ਕਰਨ ਵਾਸਤੇ ਲੱਗ ਗਈ। ਤੇ ਉਹ ਗੱਭਰੂ ਨੇ ਖਾਣਾ ਖਾਧਾ, ਪਾਣੀ ਪੀ ਕੇ ਉਹਦੇ ਦਿਮਾਗ 'ਚ ਗੱਲ ਆਈ ਕਿ ਉਹ ਸੋਹਣੀ ਜੀ ਮੁਟਿਆਰ ਕਿਤੇ ਚਲੇ ਨਾ ਜਾਵੇ। ਅੰਦਰ ਗਿਆ, ਅੰਦਰ ਜਾ ਕੇ ਤਲਵਾਰ ਚੁੱਕ ਲਈ, ਤਲਵਾਰ ਚੁੱਕੀ ਤੇ ਮਾਂ ਦਾ ਕਤਲ ਕਰ ਦਿੱਤਾ ਤੇ ਮਾਂ ਦਾ ਕਤਲ ਕਰਕੇ ਮਾਂ ਦਾ ਕਲੇਜਾ ਕੱਢ ਲਿਆ। ਮਾਂ ਦਾ ਕਲੇਜਾ ਕੱਢ ਕੇ ਉਹ ਸੋਹਣੀ ਮੁਟਿਆਰ ਵੱਲ ਤੁਰਿਆ ਜਾਂਦਾ, ਭੱਜਿਆ ਜਾਂਦਾ, ਭੱਜਿਆ ਜਾਂਦਾ। ਰਸਤੇ 'ਚ ਇੱਕ ਠੋਕਰ ਵੱਜੀ, ਇੱਕ ਪਾਸੇ ਮਾਂ ਦਾ ਦਿਲ ਗਿਰ ਗਿਆ ਤੇ ਦੂਜੇ ਪਾਸੇ ਗੱਭਰੂ ਆਪ ਗਿਰ ਗਿਆ। ਹੁਣ ਮਾਂ ਦਾ ਦਿਲ ਸਾਸਨ ਜੀ ਤੜਫ ਰਿਹਾ, ਉੱਠਿਆ, ਉੱਠ ਕੇ ਤੜਫਦੇ ਹੋਏ ਦਿਲ ਨੂੰ ਚੁੱਕਿਆ ਤੇ ਤੜਫਦੇ ਹੋਏ ਦਿਲ ਦੇ ਵਿੱਚੋਂ ਆਵਾਜ਼ ਆਈ, ਉਹ ਕਹਿੰਦੇ ਪੁੱਤਰਾ ਤੇਰੇ ਸੱਟ ਤਾਂ ਨਹੀਂ ਲੱਗੀ। ਉਹ ਕਹਿੰਦੇ ਪੁੱਤਰਾ ਤੇਰੇ ਸੱਟ ਤਾਂ ਨਹੀਂ ਲੱਗੀ। ਉਹ ਤੜਫਦੇ ਹੋਏ ਦਿਲ ਨੂੰ ਫਿਰ ਚੁੱਕਿਆ, ਚੱਕ ਕੇ ਉਹ ਸੋਹਣੀ ਮੁਟਿਆਰ ਦੇ ਕੋਲ ਚਲੇ ਗਿਆ। ਕਹਿੰਦਾ ਤੇਰੀ ਆਹੀ ਸ਼ਰਤ ਸੀ ਕਿ ਮੈਂ ਉਸ ਬੰਦੇ ਨਾਲ ਵਿਆਹ ਕਰਾਉਣਾ ਜਿਹੜਾ ਬੰਦਾ ਆਪਣੀ ਮਾਂ ਦਾ ਕਲੇਜਾ ਕੱਢ ਕੇ ਲਿਆ ਕੇ ਦੇ। ਮੈਂ ਤੈਨੂੰ ਮਾਂ ਦਾ ਕਲੇਜਾ ਕੱਢ ਕੇ ਲਿਆ ਕੇ ਦਿੱਤਾ, ਚੱਲ ਹੁਣ ਤੂੰ ਮੇਰੇ ਨਾਲ ਵਿਆਹ ਕਰਾ ਲੈ। ਉਹ ਕਹਿੰਦੀ ਮੈਂ ਤੇਰੇ ਨਾਲ ਹੁਣ ਵੀ ਵਿਆਹ ਨਹੀਂ ਕਰਾਉਣਾ। ਕਹਿੰਦਾ ਹੁਣ ਕੀ ਹੋ ਗਿਆ, ਮੈਂ ਆਪਣੀ ਮਾਂ ਦਾ ਕਲੇਜਾ ਕੱਢ ਕੇ ਲਿਆ ਕੇ ਦਿੱਤਾ, ਹੁਣ ਕਿਉਂ ਨਹੀਂ ਵਿਆਹ ਕਰਾਉਣਾ। ਉਹ ਕਹਿੰਦੀ ਭਲਿਆ ਮਾਨਸਾ, ਤੇਰੀ ਮਾਂ ਨੇ ਤੈਨੂੰ ਗਰਭ ਦੇ ਵਿੱਚ 9 ਮਹੀਨੇ ਰੱਖਿਆ, ਤੈਨੂੰ ਪੈਦਾ ਕੀਤਾ, ਤੈਨੂੰ ਦੁਨੀਆ ਦਿਖਾਈ, ਪਾਲ ਪੋਸ ਕੇ ਵੱਡਾ ਕੀਤਾ, ਉਹ ਤੂੰ ਆਪਣੀ ਮਾਂ ਦਾ ਨਹੀਂ ਬਣ ਸਕਿਆ, ਤੂੰ ਮੇਰਾ ਕਦੋਂ ਬਣੂਗਾ। ਮੈਂ ਤੇਰੇ ਨਾਲ ਪਿਆਰ ਨਹੀਂ ਕਰਾਉਣਾ, ਤੇਰੇ ਨਾਲ ਸ਼ਾਦੀ ਨਹੀਂ ਕਰਾਉਣਾ।
बंधुओं, अगर अभी तक आपने हमारे चैनल भक्ति रस लाइव को सब्सक्राइब नहीं किया तो कृपया सर्वप्रथम आप हमारे चैनल को सब्सक्राइब कीजिए, क्योंकि इस चैनल के माध्यम से आप अध्यात्म से जुड़ते हैं, आप भगवान से जुड़ते हैं, नए नए भजन इस चैनल के माध्यम से आप श्रवण करते हैं और माता रानी के जागरण इस चैनल के माध्यम से आप घर बैठे देखते हैं और बहुत से ज्ञान के भंडार इस चैनल के माध्यम से आपको प्राप्त होते हैं। तो कृपया इस चैनल को सब्सक्राइब करें, बेल का चिन्ह दबाएं, ताकि हमारे द्वारा दी गई प्रत्येक जानकारी आप तक सहजता से प्राप्त हो सके। जय श्री कृष्णा, जय श्री राधे, जय श्री कृष्णा, जय श्री राधे।